ਔਰ ਮੇਰੀ ਗੱਲ ਸੁਣੋ ਨਾ ਤਾਂ ਅੰਦਰ ਜਾਣਿਆ ਰਸਤਾ ਹੀ ਨਹੀਂ ਹੈ ਕਿੰਨੇ ਸਾਲ ਹੋ ਗਏ ਪਹਿਲੀ ਗੱਲ ਤੇ ਇਹ ਹੈ ਪਈ ਅੰਦਰ ਜਾਣਿਆ ਰਸਤਾ ਤੁਪੀ ਲੰਦੇ ਜਿਹਨੇ ਸ਼ੌਚਾਲੇ ਜਾਣਾ ਲੇਕਿਨ ਜੰਦਰੇ ਕੀਆ ਬਣਨੇ ਤੇ ਜੰਦਰੇ ਉਹ ਚੀਜ਼ ਅਸਾਕ ਹੈ ਨਾ ਅਗਰ ਤੋਂ 5-7 ਸਾਲ ਦਾ ਬਣਾਇਦਾ ਨਾ ਉਹਦੀ ਟੈਂਕੀ ਵਿੱਚ ਪਾਣੀ ਆਇਆ ਉੱਪਰ ਲੱਗੇ ਦੇ ਤਾਲੇ ਅੰਦਰ ਜਾਣਿਆ ਰਸਤਾ ਨਹੀਂ ਸਾਨੂੰ ਤੁਸੀਂ ਆਖਿਆ ਕਿ ਠੀਕ ਆ ਤੁਸੀਂ ਬਣਾਇ ਦਿੰਨੇ ਆ ਜੇ ਤੁੰਦੇला ਕੰਮ ਹੁੰਦਾ ਨਹੀਂ ਹਾਂ ਤੇ ਸਾਡੀ ਟਰਸਟ ਹੀ ਨਹੀਂ ਦੇਰ ਕੰਮ ਕਰਾਈ ਤੇ ਸਰਕਾਰ ਨੇ ਕੀ ਕੀਤਾ ਸਰਕਾਰ ਨਾਲ ਸਕੇ ਗੱਦ ਸਰਕਾਰੀ ਆਕਣਾ ਚਾਹੁੰਦੇ ਜਿਹੜੀ ਜਗ੍ਹਾ ਬਚਦੀ ਹੈ ਕਿਰਪਾ ਕਰੀਏ ਤੋ ਉਸ ਜਗ੍ਹਾ ਜਿਹੜੀ ਖੁੱਲੀ ਰਹਿਣ ਦਿਓ ਕੱਲ ਗਏ ਜਗ੍ਹਾ ਮੰਦਿਰ ਦੇ ਕੰਮ ਆਣੀ ਹੈ ਤੁਸੀਂ ਤਾਂ ਘਰ ਬਣਾਉਂਦੇ ਰੋਗੇ ਦੇਖੋ ਕੰਨਾਂ ਦੇ ਘਰ ਪੁੱਜ ਗਏ ਤੇ ਦੋ ਚਾਰ ਘਰ ਹੋਰ ਬਣ ਗਏ ਇਹਦਾ ਵੇਸੇ ਕੀ ਕਰਨਾ ਇਹਦਾ ਵੀ ਕਬਾੜਾ ਹੈ ਨਾ ਫਿਰ ਇਹਦਾ ਅਸੀਂ ਇਹਦਾ ਕੀ ਕਰਨਾ ਜੇ ਇਸ ਵੇਲੇ ਅਸ ਆਪ ਸ਼ੰਭੂ ਸੱਥਰੇ ਖੜੋਤੇ ਦੇ ਆ ਇਸ ਜਗ੍ਹਾ ਦਾ ਖਾਸ ਨਾਮ ਸੱਥਰੇ ਹੈ ਨਾ ਸੱਥਰੇ ਔਰ ਇੱਥੇ ਤੁਸਾਂ ਨੂੰ ਪਤਾ ਪਈ ਇੱਕ ਬੜਾ ਪ੍ਰਾਚੀਨ ਆਪ ਸ਼ੰਭੂ ਮੰਦਿਰ ਹੈ ਇਹ ਮੰਦਿਰ ਦਾ ਜਿਹੜਾ ਪ੍ਰਵੇਸ਼ ਦੁਆਰ ਤੁਸੀਂ ਦੇਖਾ ਕਰਦੇ ਹੋ ਔਰ ਸੌਣ ਮਹੀਨਾ ਤੁਸੀਂ ਪਤਾ ਪਈ ਚਲਾ ਕਰਦਾ ਹੈ ਸੈਂਕੜਾ ਬੰਦੇ ਜਿਹੜੇ ਸ਼ਿਵ ਭਗਤ ਨੇ ਹਰ ਰੋਜ਼ ਇੱਥੇ ਆਉਂਦਣ ਔਰ ਖਾਸ ਤੌਰ ਪਰ ਸੋਮਵਾਰ ਨੂੰ ਇੱਥੇ ਬੜਾ ਬੜਾ ਵਿਸ਼ਾਲ ਮੇਲਾ ਲੱਗਦਾ ਹੈ ਜਮੂ ਮਰਸੀਪਲ ਕਾਰਪੋਰੇਸ਼ਨ ਦੀ ਬੱਕੀ ਦਾ ਸ਼ਿਵਕ ਤੇ ਵੀ ਸੁਵਿਧਾ ਦਿੱਤਾ ਹੈ ਇਹ ਸ਼ੌਚਾਲੇ ਜਿਹੜਾ ਉਹ ਬਣਾਇਆ ਗਿਆ ਹ ਪਰ ਅਜੇ ਤੱਕ ਇਸ ਸ਼ੌਚਾਲੇ ਦੀ ਜੰਦਰੇ ਲੱਗੇ ਨਹੀਂ ਪੈਸਾ ਹੀ ਤਾਂ ਖਰਚ ਕੀਤਾ ਗਿਆ ਦਾ 12 ਤੋਂ ਦੇਖੋ ਕਿ ਬੜਾ ਖੂਬਸੂਰਤ ਸੀਟਾ ਲੈ ਸ਼ਾਲਾਂ ਲਗਾਈ ਗਈ ਦੀਆਂ ਨਾ ਪਰ ਨਾ ਤੇ ਇਥੇ ਜਾਣੇਗੀ ਰਸਤਾ ਹੈ ਤੇ ਨਾ ਅਜੇ ਤੱਕ ਇਹ ਦੀਆਂ ਜਿਹੜੀਆਂ ਕੁੰਜੀਆਂ ਜਿਹੜੀਆਂ ਅਸੀਂ ਜੰਦਰੇ ਕੀ ਲੱਭਦੀਆਂ ਮੇਰੀ ਲੱਗਦਾ ਕਿ ਜੰਮੂ ਮਿਊਨਿਸਪਲ ਕਾਰਪੋਰੇਸ਼ਨ ਕੀ ਉਹ ਕੁੰਜੀਆਂ ਅਜੇ ਤੱਕ ਲੱਭਦੀ ਨਹੀਂ ਹਨ ਤੇ ਹੋ ਸਕਦਾ ਭਾਈ ਕਿੰਨੀ ਵਾਰੀ ਕੀ ਹੁੰਦਾ ਸਰਕਾਰੀ ਕੰਮ ਨਾਲ ਕੁੰਜੀਆਂ ਗਵਾਚੀ ਵੀ ਜਾਂਦੀਆਂ ਪਰ ਨਵੀਆਂ ਬਣ ਜਾਂਦੀਆਂ ਨਾ ਗੁੰਟਾ ਮਾਰੇ ਕੁੰਜੀਆਂ ਬਣਾਉਣ ਵਾਲੇ ਵੀ ਬੈਠੇ ਨੇ ਪਰ ਹੋ ਹੀ ਸਕਦਾ ਪੈਸਾ ਮੇ ਨਹੀਂ ਹੋਇਆ ਸਮੇਂ ਦੀ ਕਮੀ ਦੇ ਕਾਰਨ ਇਹ ਸੌਚਾਲੇ ਜਿਹੜਾ ਹੈ ਇਹ ਅਜੇ ਤੱਕ ਬੰਦ ਪੇਦਾ ਹੈ ਸੌਣ ਮਹੀਨਾ ਚਲਾ ਕਰਦਾ ਹੈ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਹਜ਼ਾਰਾਂ ਜਿਹੜੇ ਸ਼ਰਧਾਲੂ ਨਸ਼ੀ ਭਗਤਨ ਇਸ ਮੰਦਿਰ ਚ ਰੋ ਆਉਂਦੇ ਨੇ ਕਿ ਕਾਰਨ ਕੀ ਇਹਦੀਆਂ ਜਿਹੜੀਆਂ ਕੁੰਜੀਆਂ ਨਹੀਂ ਲੱਭਾ ਕਰਦੀਆਂ ਜਾਂ ਜੰਦਰੇ ਇਹਦੇ ਨਹੀਂ ਖੁੱਲਾ ਕਰਦੇ ਮੇਰੇ ਕਨਾਂ ਸਤਵੀਰ ਸਿੰਘ ਬਣਾਸੋਹਰਨ ਸਮਾਜਿਕ ਕਾਰਕਟਰਤਾਨ ਤੇ ਇਸ ਮੰਦਿਰ ਕਮੇਟੀ ਚ ਵੀ ਹੈ ਆਣਾ ਇਸ ਮੰਦਰ ਕਮੇਟੀ ਚ ਬਿਲਕੁਲ ਬਿਲਕੁਲ ਜਨਾਬ ਤੇ ਕੀ ਗੱਲ ਹੈ ਭਈ ਸੋਚਾਲੇ ਤੁੰਦੇ ਪਿੱਛੇ ਬਣਦਾ ਹੈ ਤੇ ਅਜੇ ਵੀ ਸੀ ਜੰਦਰੇ ਚਿਹੜੇ ਦੇ ਕੋਈ ਕੋਈ ਅੰਦਰ ਇਹਦਾ ਸਟੋਰ ਤੇ ਨਹੀਂ ਬਣਾਇਆਦਾ ਸੀ ਤੇ ਕੋਈ ਜੀਐਮਸੀ ਵਾਲੇ ਪਤਾ ਹੋਣਾ ਇਹਨੇ ਉਦਘਾਟਨ ਦੇ ਕੀਤਾ ਲੇਕਿਨ ਉਸ ਦਿਨ ਦੇ ਬਾਅਦ ਅੱਜ ਤੂੰ ਦੇਖ ਲੋ ਕਿੰਨੀ ਇਥੇ ਜਾਣ ਦਾ ਰਸਤਾ ਹੈ ਉਦਘਾਟਨ ਹੋਇਆ ਨਾਲ ਆਹ ਦੇਖੋ ਪਨ ਪਲੇਟਾ ਲੱਗੀਆਂ ਉੱਪਰ ਨਾਂ ਲਿਖੋਏ ਦੇ ਸਭਨੇ ਦੇ ਹਾਂ ਪੜਵਾ ਦੀਆਂ ਆਹ ਪਲੇਟਾ ਪੜਵਾਉਂਦੇ ਪਲੇਟਾ ਪੜੋਂਦੀ ਆਉਣ ਲੱਗਾ ਜੇ ਉਦਘਾਟਨ ਹੋਇਆ ਤਾਂ ਇਹਦੇ ਪਲੇਟ ਕਿੱਥੇ ਲੱਗਣੀ ਔਰ ਮੇਰੀ ਗੱਲ ਸੁਣੋ ਨੇ ਤਾਂ ਅੰਦਰ ਜਾਣ ਦਾ ਰ ਕਿੰਨੇ ਸਾਲ ਹੋ ਗਏ ਪਹਿਲੀ ਗੱਲ ਤੇ ਇਹ ਹੈ ਵੀ ਅੰਦਰ ਜਾਣੇ ਦਾ ਰਸਤਾ ਤੁਪੀ ਲੈਂਦੇ ਜਿਹਨੇ ਸ਼ੌਚਾਲੇ ਜਾਣਾ ਲੇਕਿਨ ਜੰਦਰੇ ਕੀਆ ਬਣਨੇ ਤੇ ਜੰਦਰੇ ਉਹ ਚੀਜ਼ ਹਸ ਹੱਕ ਹੈ ਨਾ ਅਗਰ ਤੋਂ 5-7 ਸਾਲ ਦਾ ਬਣਾਇਦਾ ਨਾ ਉਹਦੀ ਟੈਂਕੀ ਵਿੱਚ ਪਾਣੀ ਆਇਆ ਉੱਪਰ ਲੱਗੇ ਤਾਲੇ ਅੰਦਰ ਜਾਣਿਆ ਰਸਤਾ ਨਹੀਂ ਸਾਨੂੰ ਤੁਸੀਂ ਆਖਿਆ ਕਿ ਠੀਕ ਆ ਤੁਸੀਂ ਬਣਾ ਹੀ ਦਿੰਨੇ ਆ ਜੇ ਤੁਹਾਨੂੰ ਕੰਮ ਹੁੰਦਾ ਨਹੀਂ ਹਾਂ ਤੇ ਸਾਡੀ ਟਰਸਟ ਹੀ ਨਹੀਂ ਦੇਰ ਕੰਮ ਕਰਾਈ ਇਹ ਮੰਦਿਰ ਦੇਖੋ ਆਏ ਤੂੰ 10 20 ਸਾਲ ਪਹਿਲਾਂ 30 ਸਾਲ ਪਹਿਲਾਂ ਜਿੱਦਾਂ ਸਾਡੇ ਤੇ ਤਾਏ ਚਾਚੇ ਕੰਮ ਕਰਦੇ ਇਹ ਆਪੇ ਗੈਂਤੀਆ ਬੇਲ ਚ ਲਈ ਆ ਅੱਜ ਮੰਦਿਰ ਦੇਖੋ ਕਿੰਨਾ ਖੂਬਸੂਰਤ ਹੈ ਤੇ ਸ਼ਰਮ ਦੇ ਸਰਕਾਰ ਹੀ ਆਣ ਚਾਹਣ ਜਦੋਂ ਇੱਥੇ ਖੁੱਲਾ ਪੈਸਾ ਵੀ ਹੈ ਉਹਨਾਂ ਆਦਨ ਸੁਨਾਤਨਦਰਮ ਦੀ ਬੜੀ ਕਦਰ ਕਰਨਿਆ ਇਸ ਨਾਤਨਦਰਮ ਦੀ ਤੋਂ ਕਦਰ ਕਰਦੇ ਜਿਹੜਾ ਮੇਲਾ ਲੱਗਦਾ ਹੈ ਤੇ ਅੰਦਰ ਸਾਡੇ ਬਾਥਰੂਮ ਕਿੰਨੇ ਕੰਮ ਆ ਇਸੇ ਜਨਾਬ ਮੇਰੀ ਗੱਲ ਜਿਹੜੇ ਸ਼ੇਪ ਭਗਤਨ ਬੜੀ ਮਤੀ ਗਿੰਤਰੀ ਜੀ ਤੋਂ ਹੁੰਦੇ ਨੇ ਔਰ ਮੈਂ ਤੁਹਾਨੂੰ ਦੱਸਾਂ ਪਈਥ ਬੜੀ ਲੰਮੀ ਜਿਹੜੀ ਰਿੰਗ ਹੁੰਦੀ ਹੈ ਉਹ ਲੱਗੀ ਬੜੀ ਬੱਡੀ ਲਾਈਨ ਲੱਗਦੀ ਹੈ ਲੱਖਾਂ ਇਤਦਾਦ ਚ ਲੋਕ ਆਂਦੇ ਨੇ ਅਸੀਂ ਸੋਚਿਆ ਅੱਜ ਬਣਾਉਂਦੇ ਕੱਲ ਬਣਾਉਂਦੇ ਲੇਕਿਨ ਅਸੀਂ ਬੜੀ ਦੇਰ ਦੇ ਚ ਪੱਜ ਦੁਖੀ ਹੋਈ ਹੈ ਅੱਜ ਦੁਖੀ ਹੈ ਸੋਚਿਆ ਕਿ ਤੋੜਾ ਇੱਕ ਨਾ ਗੱਲ ਕੀਤੀ ਜਾਓ ਥੋੜਾ ਇਹਨੇ ਐਕਸਪੋਜ਼ ਕੀਤਾ ਅੱਛਾ ਇਹ ਬਣਿਆ ਕਦੋਂ ਹਾਂ ਸੋਚਾਲੇ ਇਹ ਕੋਈ 5-7 ਸਾਲ ਹੋਈ ਇਹ ਬਣੇ ਦੇ ਔਰ 5-7 ਸਾਲ ਦੇ ਤੱਕ ਜਿਆਦਾ ਵੀ ਇਸੇ ਲੇਕਿਨ ਉਸਦੇ ਬਾਅਦ ਤਾਲੇ ਲੱਗੇ ਦੇ ਹਾਲਤ ਤੋ ਦਿਖ ਲਓ ਗਾਂਦ ਇੱਥੇ ਪੇਦਾ ਜਾਣਿਆ ਰਸਤਾ ਇੱਥੇ ਨਹੀਂ ਔਰ ਮੇਰੀ ਗੱਲ ਸੁਣੋ ਇਹ ਜਿਹੜੇ ਕਾਰ ਦੇ ਇੱਧਰ ਵੀ ਮਾਰੋ ਤੇ ਕੈਮਰੇ ਘਾਰ ਵੀ ਦੱਸੋ ਇਹ ਜਗ੍ਹਾ ਸਾਰੀ ਖਾਲੀ ਹੀ ਮੈਂ ਇੱਕ ਚੀਜ਼ ਹਕਣਾ ਚਾਹਨਾ ਜਾਂ ਤੁਸੇ ਪਤਾ ਹੈ ਇੱਕ ਮੰਦਿਰ ਹੈ ਤਾਂ ਮੰਦਿਰ ਔਰ ਆਪ ਸ਼ੰਭੂ ਮੰਦਿਰ ਜਿਹੜਾ ਮੇਰੇ ਖਿਆਲ ਚ ਔਰ ਐਸੇ ਮੰਦਿਰ ਦੀ ਪ੍ਰਤੀਸ਼ਟਾ ਜਿਹੜੀ ਹੈ ਬੜੀ ਦੂਰਾਂ ਦੂਰ ਹੈ ਤਾਂ ਕਰਾ ਬੜੀ ਦੂਰਾਂ ਦੂਰਾਂ ਲੋਕ ਇੱਥੇ ਬਿਲਕੁਲ ਇੰਦੋਸਤਾਨ ਵਿੱਚ ਪੂਰੇ ਇਸ ਮੰਦਿਰ ਦੀ ਪ੍ਰਤੀਸ਼ਟਾ ਹੈ ਮੈਂ ਕੱਲ੍ਹ ਗਏ ਤੋਂ ਸੁਣਾਨਾ ਕੱਲ੍ਹ ਸ਼ਾਮੀ ਵੀ ਕੋਈ ਫੋਨ ਆਇਆ ਪੀਟੀਆਈ ਟੈਸਟ ਆਫ ਇੰਡੀਆ ਨੇ ਕਿ ਆਸੇ ਇੱਥਾ ਜਿਹੜੀ ਸਵੇਰ ਆਰਤੀ ਹੁੰਦੀ ਹੈ ਉਹਦੀ ਅਸੀਂ ਉਹ ਪੂਰੀ ਵੀਡੀਓ ਬਣਾਣੀ ਹੈ ਤੇ ਦੇਖੋ ਕੁੱਤੇ ਤਾਂ ਕਿੰਨਾ ਔਰ ਇਹ ਜਗ੍ਹਾ ਜਿਹੜੀ ਖਾਲੀ ਪਈਦੀ ਹੁੰਦੀ ਸੀ ਅੱਜ ਤੋਂ 5-7 ਸਾਲ ਪਹਿਲਾਂ ਆਸ-ਆਸਤਾ ਜਿਹੜੀ ਏ ਮੈਂ ਜਡੀਓ ਆਖਣਾ ਚਾਹੁੰਦਾ ਜਡੀਓ ਉੱਪਰ ਵੀ ਆਉਣੇ ਆ ਜਡੀਓ ਉੱਪਰ ਵੀ ਆਉਣੇ ਪਹਿਲਾਂ ਇਹ ਮੀਂਹ ਦੱਸੋ ਕਿ ਜਿਹੜੇ ਇਜੰਦਰੇ ਚੜ੍ਹਦੇ ਨਹੀਂ ਸੀ ਤੇ ਤੁਸੀਂ ਜੰਮੂ ਮਿਊਨਿਸਪਲ ਕਾਰਪੋਰੇਸ਼ਨ ਦੇ ਜਿਹੜੇ ਅਧਿਕਾਰੀ ਨੇ ਮੇਅਰ ਨੇ ਜਾਂ ਕਮਿਸ਼ਨਰ ਨੇ ਉਹਦੇ ਨੋਟਿਸ ਦੀ ਗੱਲ ਨਹੀਂ ਆਉਂਦੀ ਭਾਈ ਇਹ ਸੌਣ ਮਹੀਨਾ ਮਾਰੇ ਹੁਣ ਤੇ ਖੋਲੀ ਡੋਪਾਵੇਂ ਬਾਕੀ ਮਹੀਨੇ ਜਮਾਰੇ ਸਾਰੇ ਦੇ ਨੋਟਿਸ ਵਿੱਚ ਆਉਂਦੀ ਤੇ ਤਾਂ ਦੇ ਅੱਜ ਸੋ ਓਪਨਲੀ ਬੋਲਣਾ ਦੇ ਆ ਸਾਰੇ ਇੱਥਾਂ ਦੇ ਤੁਸੀਂ ਕਿਹ ਲਦੇ ਤੇ ਵੱਡੇ ਵੱਡੇ ਪੁਲਿਸ ਦੇ ਅਫਸਰ ਵੱਡੇ ਪੁੱਛਣੇ ਦੀ ਕੀ ਕਰਨਾ ਗਿਆ ਅਗਰ ਅਸੀਂ ਆਖਿਆ ਨਹੀਂ ਹੋਇਆ ਉਸ ਤਾਂ ਜੋ ਓਪਨਲੀ ਬੋਲਣਾ ਤਾਂ ਕਿ ਤੁਹਾਡੇ ਥਰੂ ਇੱਕ ਮੈਸੇਜ ਆਏ ਉਹ ਆ ਕੀ ਨਹੀਂ ਉਹ ਮਾਰੇ ਉਹਨੇ ਪਤਾ ਨ ਕਿਉਂ ਨਹੀਂ ਆ ਜਿਹੜੇ ਲੋਕ ਬੜੇ ਵੱਡੇ ਵੱਡੇ ਤੇ ਲੀਡਰ ਲੇਕਿਨ ਉਹ ਇਹ ਕਿਉਂ ਨਹੀਂ ਅਸੀਂ ਇਹ ਪੁੱਛਣੇ ਤੇ ਉਹਦਾ ਜਵਾਬ ਸਾਨੂੰ ਨਹੀਂ ਮਿਲਿਆ ਅੱਜ ਉਸਨੇ ਐਕਸਪੋਜ਼ ਕਰਾਵਿਆ ਤਾਂ ਕਿ ਜੀਐਮਸੀ ਤੋਂ ਇਹੜੇ ਬਾਥਰੂਮ ਇੱਕ ਬਾਥਰੂਮ ਦੇ ਹੈ ਮੇਰੇ ਥੱਲੇ ਤੋਂ ਜਾ ਕੇ ਪਲੀ ਸਟੇਸ਼ਨ ਦੇ ਕੋਲ ਇੱਕ ਬਾਥਰੂਮ ਉੱਤੇ ਹੈ ਇੱਕ ਮੁੱਠੀ ਬਾਥਰੂਮ ਹੈ ਉਹ ਹੋਰ ਤੋਂ ਦੇਖੋ ਕਿੰਨੇ ਬਾਥਰੂਮ ਨਹੀਂ ਥਾ ਦੇ ਫਿਰ ਮਨਸਿਪਲਿਟੀ ਆ ਸਮਾਰਟ ਸਿਟੀ ਇਹ ਸਮਾਰਟ ਸਿਟੀ ਹੈ ਤੋ ਆ ਸਨਾਤਨ ਤਰਮੇਜ਼ ਬੜਾ ਫਾਲੋ ਕਰਨਿਆ ਇਹ ਫਾਲੋ ਕਰਦੇ ਤੂੰਦੂ ਕੋਲ ਇਹ ਜਿਹੜਾ ਇੱਕ ਬਾਥਰੂਮ ਹੈ ਇਹ ਤੁਹਾਡਾ ਖੁੱਲ ਨਹੀਂ ਸਕਿਆ ਰਸਤਾ ਤੁਹਾਡਾ ਬਣ ਨਹੀਂ ਸਕਿਆ ਸਾਡੀ ਜਗ੍ਹਾ ਸੋਚਿਆ ਕਿ ਚਲੋ ਜੀਡੀਏ ਇਨੀ ਜਗ੍ਹਾ ਖਾਲੀ ਛੱਡੂਗੀ ਕਿਉਂਕਿ ਲੱਖੇ ਤਦਾਦ ਵਿੱਚ ਇੱਥੇ ਲੋਕ ਆਂਦੇ ਦੇ ਚਾਹਦੇ ਕਿ ਥੋੜੀ ਜਗ੍ਹਾ ਮਿਲਿੰਦੀ ਗੱਡੀ ਦੀ ਪਾਰਕਿੰਗ ਬਸ ਆ ਦੇਖਣੇ ਆ ਸਕੇ ਜਿਸ ਵੇਲੇ ਵੀ ਸ਼ਦਾ ਲੋਈਤਾ ਹੁੰਦੇ ਨੇ ਰੋਡ ਜਿਹੜਾ ਇਹ ਬੰਦ ਹੋਈ ਚੁਕੇ ਦਾ ਹੁੰਦਾ ਔਰ ਇਧਰੇ ਲੰਘਣੇ ਰਸਤਾ ਨਹੀਂ ਹੁੰਦਾ ਤੇ ਕਿਹਾ ਭਈ ਪਾਰਕਿੰਗ ਅਗਰ ਜੀਡੀ ਦੀ ਜਗਾ ਤੇ ਉਹ ਤੇ ਪਾਰਕਿੰਗ ਬਣਾਈ ਸਕਦੇ ਦੇਖੋ ਜੀਡੀ ਥੋੜੀ ਜਗ੍ਹਾ ਦੇਈ ਕਿ ਸਕਦੀ ਨਾ ਨਵੇਂ ਮੰਦਰ ਜਿਹੜੇ ਬਣਾ ਕਰਦੇ ਨਾ ਉੱਥੇ ਤੇ ਬੜੀ ਵੱਡੀ ਵੱਡੀਆਂ ਪਾਰਕਾਂ ਬਣਾਈ ਦੀ ਹੁਣ ਜਿੱਧਰੇ ਸਾਡੇ ਆਪਣੇ ਮੰਦਰ ਬਣਿਆ ਆ ਇਥੇ ਸਿਧਰੀ ਵਾਲੀ ਸਾਈਡ ਮੈ ਯਾਦ ਨਹੀਂ ਆਦਾ ਜਿਹੜਾ ਮੰਦਰ ਬਣਿਆ ਹਾਂ ਬਿਲਕੁਲ ਤਿਰੂਪਤੀ ਬਾਲਾ ਜੀ ਤਿਰੂਪਤੀ ਬਾਲਾ ਜੀ ਦਾ ਉੱਥੇ 500 ਕਨਾਲ ਜਗ੍ਹਾ ਦਿੱਤੀ ਗਈ ਨਾ ਤੇ ਕਿਆ ਜੇੜੀ ਹੈਗੀ ਇਹ ਨਹੀਂ ਲੱਭਦਾ ਕਿ ਇੱਥੇ ਲੱਖੀ ਦੀ ਤਦਾਦ ਵਿੱਚ ਲੋਕ ਇਕੱਠੇ ਹੁੰਦੇ ਨਾ ਗਰੇ ਤੁਹਾਡੀ ਇੱਕ ਮਲਕ ਨਾਲਾ ਟਾਈਪ ਦਾ ਅਗਰ ਇੰਨੀ ਜਗ੍ਹਾ ਤੋਂ ਖਾਲੀ ਛੱਡ ਦਿੱਤੇ ਤੁਹਾਡੇ ਯੂਜ਼ ਵਿੱਚ ਆ ਜਾਂਦੀ ਤਾਂ ਪਾਰਕਿੰਗ ਹੋਈ ਹੁੰਦੀ ਲੰਗਰ ਲੱਗਦੇ ਲੋਕ ਆਉਂਦੇ ਥੱਲੇ ਜਾਂਦੇ ਕੋਈ ਜਿਹੜਾ ਇਹ ਟਾਇਲਰ ਕੋ ਮੰਦਿਰ ਦੇ ਕੋਲ ਜਗ੍ਹਾ ਦੇ ਚਾਹੀਦੀ ਜਗ੍ਹਾ ਦੇ ਚਾਹੀਦੀ ਤੁਸੀਂ ਪਤਾ ਸੀਟੀ ਦੇ ਵਿੱਚ ਸ਼ਾਹਿਵਾਨਾ ਲਾਣਾ ਭਜਨ ਕੀਰਤਨ ਕਰਨਾ ਕੋਦਾ ਸਪਤਾਹ ਕਰਨਾ ਬੜਾ ਕੁਝ ਹੁੰਦਾ ਇਹ ਸੀਟੀ ਦੇ ਵਿੱਚੋਂ ਵਿੱਚ ਮੰਦਿਰ ਜਾਂਦੇ ਹੁੰਦੇ ਨਾ ਕੋਈ ਗਰਾਂਡ ਵਿੱਚ ਮੰਦਿਰੋਂ ਦਾ ਬੜੀ ਖੁੱਲੀ ਜਗ੍ਹਾ ਹੁੰਦੀ ਤੁਸੀਂ ਪਤਾ ਮੰਦਿਰ ਦੀ ਜਿਹੜੀ ਜਗ੍ਹਾ ਇੱਥੇ ਲੋਕ ਇੰਨੇ ਆਂਦੇ ਸਾਡੇ ਕੋਲ ਜਗ੍ਹਾ ਨਹੀਂ ਰਹਿੰਦੀ ਔਰ ਇਹ ਗੱਡੀਆਂ ਮੇਰੀ ਗੱਲ ਸੁਣੋ ਸ਼ਿਵਰਾਤਰੀ ਤੋਂ ਦੂਰ ਛੱਡੋ ਅੱਜ ਸ਼ਾਮੀ ਅਗਰ ਤੋਂ ਸਾਈ ਸਕਦੇ ਤੋਂ ਸ਼ਾਮੀ ਦਿਖਿਓ ਸਾਡੇ ਐਸ ਐਚਓ ਸਾਹਿਬ ਸਾਰੀ ਪੁਲਿਸ ਇੱਥੋਂ ਹੁੰਦੀ ਹੈ ਗੱਡੀਆਂ ਕੰਨਾਂ ਰੋਡ ਪਰੋਚਦੇ ਹੁੰਦਾ ਇੰਨੀ ਇਨੀਤ ਹੁੰਦੀ ਹੈ ਤੇ ਸ਼ੁਰੂਆਤ ਤੇ ਕੀ ਹਾਲਤ ਹੁੰਦੀ ਨਹੀਂ ਅਸੀਂ ਇਹ ਜਾਣਿਆ ਕਿ ਜੰਮੂ ਬਣਾ ਸਾਹਿਬ ਜੰਮੂ ਸਮਾਰਟ ਸਿਟੀ ਬਣਾ ਕਰਦਾ ਬੜਾ ਬਰੇ ਪੈਸੇ ਲਗਾ ਕਰਦੇ ਨੇ ਬੜੀਆਂ ਸੜਕਾਂ ਖੁੱਲੀਆਂ ਉਹ ਕਰਦੀਆਂ ਨੇ ਸੜਕ ਵੀ ਇੱਥੇ ਮੀਂਹ ਲੱਗਦਾ ਕਿ ਇੱਕ ਆ ਗੱਡੀ ਚਲੀ ਸਕਦੀ ਹੈ ਤੇ ਇਸ ਦੇ ਇਲਾਵਾ ਸਮਾਰਟ ਸਿਟੀ ਦੀ ਬੱਕੀ ਦਾ ਮੰਦਰਾ ਚ ਕੋਈ ਥੋੜਾ ਇਸੀ ਵਿਧਾਨੇ ਚ ਜਾਂ ਇਹਦੀ ਖੂਬਸੂਰਤੀ ਤੇ ਕੋਈ ਯੋਗਦਾਨ ਦਿੱਤਾ ਗਿਆ ਦੇਖੋ ਕਿੰਨਾ ਤੁਨੇ ਸਾਹਮਣੇ ਜੋ ਵੀ ਹੈ ਕਿੰਨਾ ਹੈ ਅਸਾਂ ਨੇ ਅੰਦਰ ਦੀ ਖੂਬਸੂਰਤੀ ਤੋਂ ਛੱਡੋ ਉਹ ਛੱਡੋ ਲੋਕ ਦੇ ਦਾ ਜਿਹੜਾ ਯੋਗਦਾਨ ਹੈ ਉਸ ਯੋਗਦਾਨ ਦੀ ਵਜ੍ਹਾ ਕੱਨਾ ਅੱਜ ਇਹ ਮੰਦਰ ਦੀ ਕੋਈ ਜੰਗਲਾਂ ਦੇ ਖੂਬਸੂਰਤੀ ਹੋਣੀ ਹੈ ਜੰਗਲ ਦੇ ਵਿੱਚ ਗੰਦ ਦੇਖੋ ਦੋਸਤ ਕਿੰਨਾ ਪੇੜਾ ਔਰ ਇਹ ਦੇਖੋ ਪਲੇਟਾਂ ਜਿਹੜੀਆਂ ਨਾ ਇਹ ਇਹ ਸਾਹਮਣੇ ਇੱਥੇ ਪੇੜੀਆਂ ਨਾ ਇੱਥੇ ਮਾਰੋ ਕੈਮਰਾ ਇੱਧਰ ਦੇਖੋ ਪਲੇਟਾਂ ਜਿਹੜੀਆਂ ਨਾ ਇਹ ਦੇਖੋ ਗਲਾਸ ਜਿਹੜੇ ਨਾ ਕੱਪ ਜਿਹੜੇ ਨਾ ਇਹ ਇੱਥੇ ਪੇ ਦੇਣ ਤਾਂ ਜੰਮੂ ਮਿਊਨਿਸਪਲ ਕਾਰਪੋਰੇਸ਼ਨ ਦੀ ਬੱਕੀ ਦਾ ਕੋਈ ਇੱਥੇ ਡਸਟਬਿਨ ਵਗੈਰਾ ਇੰਨਾ ਖਾਸ ਸਹਿਯੋਗ ਐਨੀ ਹੈ ਜੰਮੂ ਮਿਊਨਿਸਪਲ ਕਾਰਪੋਰੇਸ਼ਨ ਦੇ ਦੁਆਰਾ ਐਸੇ ਇਹ ਚਾਹਨਾ ਕਿ ਮੇਨ ਚੀਜ਼ ਤੁਸੀਂ ਇਸੀ ਖੋਲੋ ਉਹਨੇ ਲੋਕ ਆਂਦੇ ਨੇ ਲੋਕੇ ਕਿੱਥੇ ਜਾਣਾ ਸਾਡੇ ਕੋਲ ਤੋਂ ਜਗ੍ਹਾ ਛੱਡਿਆ ਪਾਰਕਿੰਗ ਆ ਕਿੱਥੇ ਕਰਨੀ ਉਹਨਾਂ ਸ਼ਾਮੀ ਤੋਂ ਦਿਗਗੇ ਨਾ ਉਹਨਾਂ ਤੁਸੇ ਵਾਕਿਆ ਅਹਿਸਾਸ ਹੋਣਾ ਕਿ ਨਹੀਂ ਤੇ ਤੁਸੇ ਜੀਡੀ ਜੀਡੀ ਆਲੇ ਦਾ ਨੋਟਿਸ ਗੱਲ ਆਂਦੀ ਭਾਈ ਇਹ ਤੁੰਦੀ ਜ਼ਮੀਨ ਹੈ ਮੰਦਰਾ ਕੀ ਪਾਰਕਿੰਗ ਚਾਹੀਦੀ ਹੈ ਤੋ ਦੇਉ ਨਾ ਅਸੇ ਬੜੀ ਬਾਰੀ ਨੋਟਿਸ ਹੈ ਬੇ ਗੱਲ ਆਂਦੀਆਂ ਲੇਕਿਨ ਸੁਣਵਾਇ ਨਹੀਂ ਅਜ ਤਾਂ ਤੁੰਦੇ ਸਾਹਮਣੇ ਆਇਆ ਸੋ ਓਪਨਲੀ ਚਾਹੁੰਦੇ ਆ ਜਿੰਨੇ ਵੀ ਸਰਦਾਰ ਲੁਈਤਾਂ ਦੇ ਮੈਂ ਉਹਨੇ ਚਾਹਨਾ ਬਦਦ ਉਪਾਦੇ ਸ਼ੇਅਰ ਕਰਨ ਵੀਡੀਓ ਜਿਹੜੇ ਜੀਐਮਸੀ ਦੇ ਅਪਸ਼ਨ ਜਿਹੜੇ ਜੀਡੀਏ ਦੇ ਅਪਸ਼ਨ ਜਿਹੜੇ ਵੱਡੇ ਵੱਡੇ ਅਪਸ਼ਨ ਉਹਨੇ ਭੇਜੋ ਔਰ ਉਹਨੇ ਆਖੋ ਇਹ ਗਾਣੇ ਨਹੀਂ ਗਾ ਕਰੋ ਸਮਾਰਟ ਸਿਟੀ ਦੇ ਜਿਹਦੇ ਕੰਮ ਕਰੋ ਤਾਂ ਨਾ ਸਨਾਤਨਦਰਮ ਦੇ ਗਾਣੇ ਨਹੀਂ ਗਾ ਕਰੋ ਜਾਂਦੇ ਕੰਮ ਕਰੀਏ ਦੱਸੋ ਕੰਮ ਸਾਨੂੰ ਕੋਈ ਕਰੀਏ ਦੱਸ ਦਣੀ ਹੈ ਜਿੰਨਾ ਕੰਮ ਹੋਏਦਾ ਅੱਜ ਹੀ ਡੇਟਵੇ ਮੰਦਰ ਹੈ ਇਹ ਮੰਦਿਰ ਅਗਰ ਜੰਗਲ ਚ ਮੰਗਲ ਬਣੇਦਾ ਨਾ ਇਹ ਸਾਰੀ ਜੰਮੂ ਕਸ਼ਮੀਰ ਦੀ ਜਨਤਾ ਦੀ ਉਹ ਜਿਹੜੇ ਬਾਰ ਦੇ ਲੋਕ ਜਿਹੜੇ ਮੱਥਾ ਟੇਕਣ ਆਉਂਦੇ ਸ਼ਰਧਾਲੂ ਉਹਦੇ ਚਾਰ ਚਾਰ ਪੈਸੇ ਕਰਨ ਜਾਂ ਜੁਨੇ ਹੋਣੇ ਜੋ ਯੋਗਦਾਨ ਕੀਤਾ ਉਹਦੀ ਵੀ ਅਗਨੇ ਬਣੇਦਾ ਤੇ ਸਰਕਾਰ ਨੇ ਕੀ ਕੀਤਾ ਸਰਕਾਰ ਨਾਲ ਸਕੇ ਗੱਲ ਸਰਕਾਰ ਹੀ ਆਖਣਾ ਚਾਹੁੰਦੇ ਆ ਜਿਹੜੀ ਜਗ੍ਹਾ ਬਚਦੀ ਹੈ ਕਿਰਪਾ ਕਰੀਏ ਉਸ ਇੱਕ ਜਗ੍ਹਾ ਹੀ ਜਿਹੜੀ ਖੁੱਲੀ ਰਹਿਣ ਦਿਓ ਕੱਲ੍ਹ ਕੀ ਜਗ੍ਹਾ ਮੰਦਿਰ ਦੇ ਕੰਮ ਆਣੀ ਹੈ ਤੁਸੀਂ ਤਾਂ ਘਰ ਬਣਾਉਂਦੇ ਰੋਗੇ ਦੇਖੋ ਕੰਨਾਂ ਦੇ ਘਰ ਪੁੱਜ ਗਏ ਤੇ ਦੋ ਚਾਰ ਘਰ ਹੋਰ ਬਣ ਗਏ ਇਹਦਾ ਵੇਸੇ ਕੀ ਕਰਨਾ ਇਹਦਾ ਵੀ ਕਬਾੜਾ ਹੈ ਨਾ ਫਿਰ ਇਹਦਾ ਅਸੀਂ ਇਹਦਾ ਵੀ ਕੀ ਕਰਨਾ ਜੇ ਰੇਹ ਕੱਖ ਨਹੀਂ ਸਾਨੂੰ ਤਾਂ ਜਗ੍ਹਾ ਨਹੀਂ ਛੱਡਦੇ ਇਹ ਥੱਲੇ ਇੱਕ ਖੱਡ ਹੈ ਖੱਡਾ ਥੱਲੇ ਹੁਣ ਖੱਡਾ ਵਿੱਚ ਵੀ ਮੈਂ ਦਿਖਾਂ ਦੂਸਰੇ ਲੋਕ ਥੱਲਾ ਦੇ ਮੀਨ ਨਹੀਂ ਪਤਾ ਕਿੰਨੀ ਮਾਲ ਕੇ ਕਿੰਨੀ ਨਹੀਂ ਤੇ ਅਗਰ ਇਹ ਸਾਹ ਰਿਆ ਇਹ ਸ਼ੁਕਰ ਕਰੇ ਤਾਂ ਫਾਇਰਿੰਗ ਰੇਂਜ ਹੈ ਗੋਲੀ ਚਲਦੀ ਹੈ ਲੋਕ ਤਾਂ ਨਹੀਂ ਆਦੇ ਜੇ ਆਰਮੀ ਦੀ ਫਾਇਰਿੰਗ ਰੇਂਜ ਹੈ ਅਗਰ ਉਹ ਫਾਇਰਿੰਗ ਰੇਂਜ ਨਹੀਂ ਹੈ ਮੀ ਲੱਗਾ ਲੋਕੀ ਤੂੰ ਵੀ ਥੱਲੇ ਖੱਡਾ ਥੋੜੀ ਆਈ ਜਾਂ ਤੇ ਫਿਰ ਕਹਦੀ ਖੂਬਸੂਰਤ ਰਹੀ ਸ਼ਿਵਜੀ ਗਵਾਨ ਦੇ ਪਿੱਛੇ ਅੱਗੇ ਪਿੱਛੇ ਦੀ ਰਹਿਲੀ ਹੋਣੀ ਚਾਹੀਦੀ ਨਾ ਥੋੜੀ ਬਹੁਤ ਅਰੇ ਹਾਲੀ ਨੇ ਰੱਖਣ ਗੰਦੇ ਆ ਦੇ ਜਿਹੜਾ ਦੇਖਾ ਉਹ ਜੁਸੀਂ ਦਾ ਲਗਾ ਦੂਗਾ ਅੱਗੇ ਵੱਧੇ ਜਾਦਾ ਮੈਂ ਸਰਕਾਰ ਦੀ ਡੀਸੀ ਦੀ ਡਿਵ ਕਾਮੀ ਆਖ ਤਦਾਦ ਬਦਲ ਬੱਦੀ ਜਾਦੀ ਹੈ ਔਰ ਸਾਡੇ ਕੰਮ ਆਣੀ ਹੈ ਜਗਾ ਇਸ ਲਈ ਮਨੇ ਹੱਥ ਜੋੜੀਏ ਵਿਨਮਰ ਪ੍ਰਾਰਥਨਾ ਕਰਨਾ ਕਿ ਕਿਰਪਾ ਕਰੀਏ ਸਾਰੇ ਪਾਸੇ ਸਖਾਓ ਜਿਹੜੀ ਅੱਗੇ ਪਿੱਛੇ ਜਿੰਨੀ ਵੀ ਜਗਾ ਹੈ ਇਸੀ ਤੋਂ ਖਾਲੀ ਰੱਖੋ ਇੱਕ ਇਹਦਾ ਪੂਰਾ ਡਿਟੇਲ ਬਣਾਓ ਡਿਟੇਲ ਮੈਪ ਬਣਾਓ ਔਰ ਜਿਹੜੇ ਲੋਕ ਅੱਗਾ ਪਤਾ ਜੀਡੀਆ ਬੋਲਣਾ ਕਿ ਤੁਸੇ ਪੂਰਾ ਰੂਪਨਗਰ ਵੇਚਿਆ ਅਗਰੇ ਚਾਰ ਕਨਾਲ ਜਗਾ ਤੁਸੇ ਨਹੀਂ ਵੇਚ ਕੇ ਤੂੰ ਦਾ ਕਿਛ ਨਹੀਂ ਜਾਣਾ জেਡੀ ਕੋਲ اربੇ ਰੁਪਏ ਦੀ ਜਗਾ ਤੋ ਸੇ ਪੂਰਾ ਰੂਪਨਗਰ ਵੇਚਿਆ ਤੇ ਰੱਬ ਦਾ ਬਾਸ ਹੈ ਜਗਾ ਖਾਲੀ ਛੱਡਿ ਡੋ ਆ ਜਿਹੜੀ ਲੋਕੇ ਜਬਰਦਸਤੀ ਮਾਲੀ ਦੀ ਉਹ ਕਢਾਈ ਲਾ ਲੋਗੇ ਜੋ ਭਲਿਆ ਨੀ ਨਿਕਲਦੀ ਉਹ ਅੰਦਰ ਬੜੀ ਘੱਟ ਨਿਕਲਦੀ ਹੈ ਲੇਕਿਨ ਜਿੱਥੇ ਦਿਖਦੀ ਮੁਫਤ ਦੀ ਮੰਨ ਲਈ ਜਿੰਨੀ ਉਹ ਤੇ ਜਿੱਤੀ ਲੈਂਦੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਜੀਆਂ ਕੇ ਬਣਾ ਸਾਹਬ ਨੇ ਦੱਸਿਆ ਕਿ ਜਿਹੜਾ ਸ਼ੋਚਾਲੇ ਆ ਪਿਛਲੇ ਕਿੰਨੇ ਸਾਲ ਨੇ ਥਾ ਬਣੀਆਂ ਤਿਆਰ ਹੋਈ ਇਹਦਾ ਪਤਾ ਨਹੀਂ ਕਾਰਨ ਕੀ ਹੈ ਕਿ ਅਸੀਂ ਵੱਡੇ ਵੱਡੇ ਜਿਹੜੇ ਜੰਦਰੇ ਨੇ ਅਸੀਂ ਲਾਈ ਦਿੱਤੇਗੇ ਦਿਨ ਔਰ ਇਸ ਦਾ ਫਾਇਦਾ ਨਾ ਤੇ ਸ਼ੇਪਕਤੰਗੀ ਤੋਆ ਕਰਦਾ ਤੇ ਨਾ ਤੇ ਜਨਤਾ ਜਨਾਰਦਨ ਕੀ ਤੋਆ ਕਰਦਾ ਰੋਸ ਦੇ ਕਰਨਾ ਕਰਨ ਗਿਆ ਸਾਫ ਸਫਾਈ ਦੀ ਵਿਵਸਥਾ ਵੀ ਜਮੂਨਿਪਲ ਕਾਰਪੋਰੇਸ਼ਨ ਦੀ ਵਕੀਤਾ ਇੱਥੇ ਕੋਈ ਨਹੀਂ ਕੀਤੀ ਕਿ ਇਹਦੀ ਕੋਈ ਡਸਟ ਬਿਨ ਵਗੈਰਾ ਇੱਥੇ ਕੋਈ ਨਹੀਂ ਲਾਇਆ ਗਿਆ ਦਾ ਅਸੀਂ ਦੇਖਣਿਆ ਕਿ ਸਾਫ ਸਫਾਈ ਦਾ ਖਿਲਾਫ ਹੀ ਵਿਸ਼ੇਸ਼ ਅਭਿਆਨ ਜਿਹੜੇ ਨੇ ਉਹ ਚਲਾਇਆ ਜਾ ਕਰ ਦੇ ਪਰ ਜਿਸ ਵੇਲੇ ਆਸੀਂ ਇੱਥੇ ਆਪ ਸ਼ੰਭੂ ਸਤਰੇ ਜਿਸ ਵਿਲਾਸ ਆਉਂਦੇ ਆ ਤੇ ਇੱਥੇ ਜਿਹੜੀਆਂ ਪਲੇਟਾਂ ਜਾਂ ਕਾਪਣ ਉਹ ਇੰਗਾਂ ਘਟੇਰ ਲੱਗੇ ਦੇਨ ਕਿਸੇ ਨੇ ਵੀ ਇਸੀ ਚੁੱਕਣੇ ਦੀ ਕੋਸ਼ਿਸ਼ ਨਹੀਂ ਕੀਤੀ ਹੈ ਔਰ ਮਨਿਸਪਲ ਕਾਰਪੋਰੇਸ਼ਨ ਜੰਮੂ ਤੇ ਜਿਹੜੀ ਆ ਕੀ ਚਾਹੀਦਾ ਹੈ ਕਿ ਜਿਹੜੀਆਂ ਜਾਇਜ ਮੰਗਣ ਇਸ ਆਪ ਸ਼ੰਭੂ ਮੰਦਿਰ ਕਮੇਟੀ ਦੀਆਂ ਉਹਨੇ ਕੀ ਤਤਕਾਲ ਪ੍ਰਭਾਵ ਕਰਨਾ ਉੰਦੇ ਪਰ ਅਮਲ ਕਰਨਾ ਚਾਹੀਦਾ ਔਰ ਪੂਰੀਆਂ ਕਰਨੀਆਂ ਚਾਹੀਦੀਆਂ ਤਾਂ ਕਿ ਇਸ ਸੌਨ ਦੇ ਮਹੀਨੇ ਚ ਜਿਹੜੇ ਸ਼ਰ ਭਗਤ ਇਸ ਮੰਦਿਰ ਚ ਆਣੇ ਪੂਜਾ ਪਾਠ ਕਰਾ ਕਰਦੇ ਨੇ ਉਹਨੇ ਕੀ ਰਾਹਤ throਈ ਸਕੇ